मेरा नाम प्रभ गुरिंदर सिंह गुरमीत सिंह ਤੁਸੀਂ ਇੱਥੇ ਯੂਕਰੇਨ ਵਿੱਚ ਕਿਸ ਦੇ ਥਰੂ ਆਏ ਹੋ ਡਾਕਟਰ ਕੇ ਪੀ ਐਸ ਸੰਧੂ ਡਾਕਟਰ ਕੇ ਪੀ ਐਸ ਸੰਧੂ ਅਤੇ ਤੁਹਾਨੂੰ ਇੱਥੇ ਆਣ ਕੇ ਕੋਈ ਪ੍ਰੋਬਲਮ ਜਾਂ ਫੇਸ ਤਾਂ ਨਹੀਂ ਹੋਈ ਤੁਹਾਡੇ ਇੰਡੀਆ ਵਿੱਚ ਜਾਂ ਫਿਰ ਤੁਹਾਨੂੰ ਇੱਥੇ ਰਹਿੰਦੇ ਨੂੰ ਇੱਕ ਸਾਲ ਹੋ ਚੁੱਕਿਆ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਇੱਥੇ ਕੋਈ ਨਹੀਂ ਜੀ ਜਿਵੇਂ ਕਿ ਮੈਂ ਸਿੱਖ ਰਿਲੀਜਨ ਨੂੰ ਬਿਲੋਂਗ ਕਰਦਾ ਹਾਂ ਮੈਨੂੰ ਕੋਈ ਕੋਈ ਵੀ ਪ੍ਰੋਬਲਮ ਕੁਛ ਵੀ ਨਹੀਂ ਅਤੇ ਖਾਰਕਿਨ ਨੈਸ਼ਨਲ ਯੂਨੀਵਰਸਿਟੀ ਮੇਰੇ ਹਿਸਾਬ ਨਾਲ ਇੱਥੋਂ ਯੂਕਰੇਨ ਦੀ ਸਭ ਤੋਂ ਬੈਸਟ ਯੂਨੀਵਰਸਿਟੀ ਹੈ ਅਤੇ ਮੈਂ ਇਹੀ ਸਲਾਹ ਦਊਂਗਾ ਕਿ ਜੇ ਤੁਹਾਡੇ ਮਨ 'ਚ ਕੋਈ ਵੀ ਡਾਊਟ ਆ ਰੈਲੀਜਨ ਨੂੰ ਲੈ ਕੇ ਅਤੇ ਉਹ ਆਪਣੇ ਡਾਊਟ ਕਲੀਅਰ ਕਰ ਦਿਓ ਜੋ ਵੀ ਭਾਈ ਕਹਿੰਦੇ ਆ ਬਿਲਕੁਲ ਸਹੀ ਆ ਡਾਕਟਰ ਕੇ ਪੀ ਐਸ ਸੰਧੂ ਇਜ਼ ਦਾ ਬੈਸਟ ਵਨ ਅਤੇ ਤੁਹਾਨੂੰ ਇੱਥੋਂ ਦੇ ਲੋਕਾਂ ਬਾਰੇ ਕੀ ਲੱਗਦਾ ਇੱਥੋਂ ਦੇ ਸੱਭਿਆਚਾਰ ਅਤੇ ਲੋਕਾਂ ਬਾਰੇ ਕੀ ਖਿਆਲ ਹੈ ਤੁਹਾਡਾ ਜਿਵੇਂ ਕਿ ਪ੍ਰਭ ਗੁਰਿੰਦਰ ਨੇ ਦੱਸਿਆ ਆਪਾਂ ਸਿੱਖ ਬਿਲੋਂਗ ਨੂੰ ਸਿੱਖ ਰਿਲੀਜਨ ਨੂੰ ਬਿਲੋਂਗ ਕਰਦੇ ਹਾਂ ਅਤੇ ਇਸ ਕਰਕੇ ਕੁਝ ਲੋਕ ਸਾਨੂੰ ਪਸੰਦ ਵੀ ਕਰਦੇ ਆ ਸਾਡੇ ਰਿਲੀਜਨ ਬਾਰੇ ਸਾਨੂੰ ਪੁੱਛਦੇ ਵੀ ਆ ਸਾਨੂੰ ਵਧੀਆ ਲੱਗਦਾ ਅਤੇ ਇੰਟਰਸਟ ਵੀ ਦਿੰਦੇ ਨੇ ਲੋਕ ਬਾਕੀ ਡਾਕਟਰ ਕੇ ਪੀ ਐਸ ਸੰਧੂ ਜੋ ਵੀ ਦੱਸਿਆ ਉਹਨਾਂ ਨੇ ਬਿਲਕੁਲ ਸਹੀ ਆ ਅਤੇ ਇਹ ਸਭ ਵਧੀਆ ਇੱਥੇ ਕੋਈ ਪ੍ਰੋਬਲਮ ਨਹੀਂ ਆਉਂਦੀ